सब नू प्यार ते सत्कार भरी सत श्री अकाल जी। वेलकम टू एच के गार्डन एंड क्रिएटिविटी। अज मैं तुहानू रोज़ दी केयर टिप्स बारे कुछ गलबात करांगी तुहाडे नाल। मैं किस तरह इहदी सांभ संभाल करदी हाँ, वेखो अप्रैल च भी मेरे बहुत सोहणे फलावर खिड़ रहे आ। सब तो पहला तो यदि ना नवंबर में गुडाई करके चंगी तरह इनू वर्मी कंपोस्ट गोबर की खाद चंगी तरह दे दी है। उस थोड़ा जहा ना मैं चाह पत्ती मिला दी हूँ, सुकी चाह पत्ती मिला दे दी है। उदे नाल इहदे ना जेडे फुलां दा ना कलर बहुत सोहना आउंदा है चाह पत्ती दे नाल। अगर चाह पत्ती ना होए तो तुसी कॉफी थोड़ी जी मिला देनी है, जो 2 नवंबर महीने च करनी है ना गुडाई इहदी, उहदे विच ना इहनू कॉफी मिला देनी। चाहे कॉफी मिला दो चाहे चाह पत्ती, दोवां चों इक चीज़ मिला देनी है ना। ते दूसरा इहनू उस तों बाद 2 दिन तक इहनू पानी नहीं देना। 2 दिन बाद इहनू फुल भर के गमला पानी देना है, ते फिर दोबारा पानी इहनू उदों देना है जदों चंगी तरह इहदा पानी उपरों 1/2 इंच तक ना सुक जावे, फिर इहनू पानी देना है। ते हफ्ते 10 दिन बाद ना इहदी थोड़ी थोड़ी गुडाई करदे रहना है, ਤਾਂ ਜੋ ਇਹਦੇ ਜੜ੍ਹਾਂ ਨੂੰ ਥੋੜ੍ਹੀ ਥੋੜ੍ਹੀ ਹਵਾ ਲੱਗਦੀ ਰਹੇ। ਜਿਸ ਤਰ੍ਹਾਂ ਮੇਰੇ ਇਹਦੇ ਵਿੱਚ ਕੁਛ ਨਾ ਕੁਛ ਉੱਗਿਆ ਹੈ ਨਾ, ਜਿਸ ਤਰ੍ਹਾਂ ਮੇਰੇ ਕੋਲ ਟਮਾਟਰ ਲੱਗ ਗਿਆ ਆ, ਟਮਾਟਰ ਅਚਾਨਕ ਲੱਗ ਗਿਆ। ਪਰ ਤੁਸੀਂ ਮੇਰੇ ਵਾਂਗੂ ਇਸ ਤਰ੍ਹਾਂ ਇਹਦੇ ਵਿੱਚ ਗਲਤੀ ਨਹੀਂ ਕਰਨੀ। ਇਹਦੇ ਨਾਲ ਨਾ ਸਾਰੀ ਐਨਰਜੀ ਨਾਲ ਵਾਲਾ ਜਿਹੜਾ ਦੂਸਰਾ ਪੌਦਾ ਹੁੰਦਾ ਨਾ ਉਹ ਲੈ ਜਾਂਦਾ ਆ, ਫਿਰ ਇਹਨੂੰ ਨਾ ਬਰੂਮਿੰਗ ਕਰਨ ਵਾਸਤੇ ਨਾ ਥੋੜ੍ਹਾ ਜਿਹਾ ਟਾਈਮ ਲੱਗਦਾ ਆ, ਐਨਰਜੀ ਇਹਨੂੰ ਘੱਟ ਮਿਲਦੀ, ਸਾਰੀ ਐਨਰਜੀ ਦੂਸਰਾ ਪੌਦਾ ਲੈ ਜਾਂਦਾ ਵਾ। ਇਸ ਕਰਕੇ ਇਹਦੇ ਵਿੱਚ ਕੋਈ ਵਾਧੂ ਘਾਟੂ ਚੀਜ਼ ਨਹੀਂ ਹੋਣੀ ਚਾਹੀਦੀ, ਮੇਰੇ ਵਾਲੀ ਗਲਤੀ ਤੁਸੀਂ ਨਹੀਂ ਕਰਨੀ। ਅਤੇ ਦੂਸਰਾ ਇਹਨੂੰ ਨਾ ਥੋੜ੍ਹਾ ਜਿਹਾ ਸਨਲਾਈਟ ਚਾਹੀਦੀ ਆ। ਮੇਰੀ ਇੱਥੇ 5-6 ਘੰਟੇ ਦੀ ਇਹਨੂੰ ਸਨਲਾਈਟ ਮਿਲ ਜਾਂਦੀ ਹੈ, ਅਤੇ ਬਹੁਤ ਸੋਹਣਾ ਇਹ ਚੱਲਦਾ ਰਹਿੰਦਾ। ਚੜ੍ਹਦੇ ਸੂਰਜ ਧੁੱਪ ਮਿਲਦੀ ਹੈ, ਉਸ ਤੋਂ ਬਾਅਦ ਹੌਲੀ ਹੌਲੀ 2 ਵਜੇ ਤੋਂ ਬਾਅਦ ਹੌਲੀ ਹੌਲੀ ਇਹ 'ਤੇ ਛਾਂ ਆਉਣ ਲੱਗ ਪੈਂਦੀ ਆ। ਅਤੇ ਮਿੱਟੀ ਇਹਦੀ ਵੈਲ ਡਰੇਨ ਬਣਾਉਣੀ ਹੈ, ਪਾਣੀ ਨਹੀਂ ਇਹਦੇ ਵਿੱਚ ਰੁਕਣਾ ਚਾਹੀਦਾ ਬਿਲਕੁਲ ਵੀ। ਬਰਸਾਤਾਂ ਵਿੱਚ ਤਾਂ ਬਿਲਕੁਲ ਪਾਣੀ ਨਹੀਂ ਰੁਕਣਾ ਚਾਹੀਦਾ। ਮਿੱਟੀ ਵਿੱਚ ਇਹਦੇ ਐਸਿਡਿਕ ਆਇਲ ਸੋਇਲ ਹੋਣੀ ਚਾਹੀਦੀ ਥੋੜ੍ਹੀ ਜੀ, ਅਤੇ ਇੱਕ ਮਿੱਟੀ ਥੋੜ੍ਹੀ ਭੁਰਭਰੀ ਹੋਣੀ ਚਾਹੀਦੀ ਤਾਂ ਕਿ ਇਹਦੀਆਂ ਜੜ੍ਹਾਂ ਥੋੜ੍ਹੀਆਂ ਜਿਹੀਆਂ ਸੌਖੀਆਂ ਫੈਲ ਸਕਣ। ਵੈਸੇ ਤਾਂ ਜੜ੍ਹਾਂ ਬਹੁਤੀਆਂ ਇਹਦੀਆਂ ਡੂੰਘੀਆਂ ਜਾਂਦੀਆਂ ਨਹੀਂ, ਪਰ ਫਿਰ ਵੀ ਥੋੜ੍ਹੀ ਮਿੱਟੀ ਭੁਰਭਰੀ ਹੋਏਗੀ ਅਤੇ ਇਹ ਸੋਹਣਾ ਚੱਲਦਾ ਉਹਦੇ ਵਿੱਚ। ਮੈਂ ਜਦੋਂ ਮਿੱਟੀ ਮਿਲਾਉਂਦੀ ਹਾਂ ਤਾਂ ਉਹਦੇ ਵਿੱਚ ਆਪਣੇ ਲੀਫ ਮੋਲਡ, ਆਪਣਾ ਕਿਚਨ ਵੇਸਟ ਦਾ ਸੁੱਕਾ ਮਟੀਰੀਅਲ ਸਾਰਾ ਮਿਲਾ ਦਿੰਦੀ ਹਾਂ ਨਾ, ਅਤੇ ਉਹਦੇ ਨਾਲ ਠੀਕ ਰਹਿੰਦਾ ਆ। ਅਤੇ ਦੂਸਰਾ ਇਹਦੇ ਵਿੱਚ ਜਦੋਂ ਆਪਣਾ ਕੋਈ ਫਲਾਰਸ ਸੁੱਕ ਜਾਂਦੇ ਆ ਨਾ, ਜਿਸ ਤਰ੍ਹਾਂ ਇਹ ਸੁੱਕ ਗਿਆ ਆ, ਅਤੇ ਇਹਨੂੰ ਥੱਲੇ ਤੋਂ ਬਿਲਕੁਲ ਨੀਵੇਂ ਤੋਂ ਨਾ, ਜਿਸ ਤਰ੍ਹਾਂ ਇਹ ਹੁਣ ਸੁੱਕ ਜਾਏਗਾ ਨਾ, ਜਿਸ ਤਰ੍ਹਾਂ ਹੁਣ ਇਹ ਫਲਾਰ ਆ ਨਾ, ਜੇ ਸੁੱਕ ਜਾਏਗਾ ਨਾ ਤਾਂ ਇਹਨੂੰ ਇੱਥੋਂ ਨਹੀਂ ਕੱਟ ਕਰਨਾ ਆਪਾਂ, ਇਹਨੂੰ ਥੋੜ੍ਹਾ ਜਿਹਾ ਨੀਚੇ ਤੋਂ ਕੱਟ ਕਰਾਂਗੇ, ਤਾਂ ਜੋ ਜਿਹੜੀ ਇਹਦੀ ਥੱਲੇ ਵਾਲੀਆਂ ਬ੍ਰਾਂਚਸ ਨਾ ਉਹ ਥੋੜ੍ਹੀਆਂ ਜਿਹੀਆਂ ਹੋਰ ਇੱਥੋਂ ਨਿਕਲ ਸਕਣ। ਉਹਦੇ ਨਾਲ ਨਾ ਥੋੜ੍ਹਾ ਜਿਹਾ ਬੁਸ਼ੀ ਹੋ ਜਾਂਦਾ ਪਲਾਂਟ, ਫਿਰ ਜਿੰਨੇ ਜਿੰਨੇ ਨਵੇਂ ਸ਼ੂਟਸ ਨਿਕਲਦੀਆਂ ਉੰਨੀ ਉੰਨੀ ਜ਼ਿਆਦਾ ਫਲਾਵਰਿੰਗ ਜ਼ਿਆਦਾ ਹੁੰਦੀ ਹੈ। ਇੱਕ ਇਹਦਾ ਖਾਸ ਖਿਆਲ ਇਹ ਰੱਖਣਾ ਆ ਕਿ ਜਦੋਂ ਬਰਸਾਤਾਂ ਹੁੰਦੀਆਂ ਨਾ ਉਹਦੇ ਵਿੱਚ ਉਦੋਂ ਇਹਦੀ ਕਟਿੰਗ ਘੱਟ ਕਰਨੀ ਉੱਪਰੋਂ ਇਹਨੂੰ ਜੇ ਅਗਰ ਕੱਟ ਦੇਵਾਂਗੇ ਨਾ ਇੱਥੋਂ, ਇਹਨੂੰ ਮੇਨ ਤੋਂ ਇੱਥੋਂ ਕੱਟਾਂਗੇ ਤਾਂ ਇਹਨੂੰ ਨਾ ਫੰਗਲ ਅਟੈਕ ਥੋੜ੍ਹਾ ਜਿਹਾ ਲੱਗ ਜਾਂਦਾ ਆ। ਵੈਸੇ ਤਾਂ ਮੇਰੇ 'ਤੇ ਇਹਨੂੰ ਬਹੁਤ ਘੱਟ ਫੰਗਲ ਲੱਗਦਾ, ਕੋਈ ਪੈਸਟ ਪੁਸਟ ਵਗੈਰਾ ਘੱਟ ਲੱਗਦੇ ਆ, ਕਿਉਂਕਿ ਮੈਂ ਨਾ ਇਹਦੇ 'ਤੇ ਨੀਮ ਆਇਲ ਅਤੇ ਨਾ ਲਿਕੁਇਡ ਸੋਪ ਜਿਹੜਾ ਥੋੜ੍ਹਾ ਜਿਹਾ ਮਿਲਾ ਮਿਲਾ ਕੇ ਨਾ ਇਹਦੇ 'ਚ ਮਹੀਨੇ ਕੁ ਬਾਅਦ ਇਹਦੇ 'ਚ ਸਪਰੇ ਕਰਦੀ ਰਹਿੰਦੀ ਹਾਂ। ਅਤੇ ਦੂਸਰੀ ਇਹਨੂੰ ਸ਼ਾਵਰਿੰਗ ਬਹੁਤ ਪਸੰਦ ਆ, ਸ਼ਾਵਰਿੰਗ ਕਰਦੇ ਰਹਿਣ ਨਾਲ ਨਾ ਇਹਦੇ ਵਿੱਚ ਪੈਸਟ ਘੱਟ ਲੱਗਦੇ ਆ, ਥੋੜ੍ਹੇ ਬਹੁਤ ਜੇ ਹੋਣ ਉਹ ਨਾ ਪੱਤੀਆਂ ਦੇ ਨੀਚੇ ਹੁੰਦੇ ਆ ਇਸ ਤਰ੍ਹਾਂ, ਬਿਲਕੁਲ ਇਹਦੀਆਂ ਤਾਂ ਬਿਲਕੁਲ ਸਾਫ਼ ਹੈਗੀਆਂ। ਅਗਰ ਜੇ ਹੁਣ ਨਾ ਤਾਂ ਉਹ ਇਹਨਾਂ ਦੇ ਥੱਲੇ ਹੁੰਦੇ ਆ, ਅਤੇ ਜਦੋਂ ਆਪਾਂ ਸ਼ਾਵਰ ਕਰਦੇ ਹਾਂ ਨਾ ਉਹਦੇ ਨਾਲ ਉਹ ਸਾਰੇ ਛੋਟੇ ਮੋਟੇ ਜਿਹੜੇ ਸਟਾਰਟਿੰਗ ਵਿੱਚ ਹੀ ਉਹ ਖਤਮ ਹੋ ਜਾਂਦੇ, ਉਹਦੇ ਨਾਲ ਇਹਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਅਤੇ ਇਹ ਵੈਸੇ ਵੀ ਸ਼ਾਵਰਿੰਗ ਪਸੰਦ ਕਰਦਾ ਹੈ, ਇਹਦੇ ਵਿੱਚ ਬਹੁਤ ਖੁਸ਼ ਰਹਿੰਦਾ ਆ। ਇਹਦੀ ਫਲਾਵਰਿੰਗ ਲੈਣ ਵਾਸਤੇ ਨਾ ਮੈਂ ਇੱਕ ਲਿਕੁਇਡ ਬਣਾਇਆ, ਇਹਦਾ ਫਰਟੀਲਾਈਜ਼ਰ ਬਣਾਇਆ ਬਨਾਨਾ ਦਾ। ਇਹਨੂੰ 5-6 ਮਹੀਨੇ ਹੋ ਗਿਆ ਹੈ, ਇਹ ਬਿਲਕੁਲ ਤਿਆਰ ਹੈਗਾ ਆ ਹੁਣ। ਅਤੇ ਇਹਨੂੰ ਮੈਂ ਨਾ 1 ਗਲਾਸ ਵਿੱਚ ਨਾ ਸਿਰਫ 2 ਕੁ ਚਮਚ ਪਾਉਂਦੀ ਹੁੰਦੀ ਹਾਂ, ਅਤੇ ਇਹਦਾ ਬਹੁਤ ਸੋਹਣਾ ਰਿਜ਼ਲਟ ਮੈਨੂੰ ਮਿਲਿਆ ਆ ਅੱਜ ਤੱਕ ਦਾ। ਇਸ ਤਰ੍ਹਾਂ ਨਾ ਇਹਨੂੰ ਜਦੋਂ ਖੋਲ੍ਹੀ ਦਾ ਨਾ ਇਹਦੇ ਵਿੱਚ ਗੈਸ ਹੁੰਦੀ ਆ, ਇਹ ਦੇਖੋ ਹੈ ਨਾ, ਇਹ ਦੇਖੋ ਇਸ ਤਰ੍ਹਾਂ। ਇਹਦਾ ਮਤਲਬ ਹੈ ਕਿ ਇਹ ਹੁਣ ਨਾ ਬਹੁਤ ਸੋਹਣਾ ਤਿਆਰ ਹੁੰਦਾ ਵਾਰ ਵਾਰ ਜਦੋਂ ਗੈਸ ਬਣਦੀ ਆ ਨਾ ਇਹਦੀ, ਅਤੇ ਇਹਨੂੰ ਨਾ ਬਸ 2 ਕੁ ਚਮਚ ਪਾਉਣਾ ਵਾ। ਹਾਂ,
बस 2 चम्मच पा के ना एदा एक एक प्लांट वास्ते, एक 12-13 इंच दे गमले वास्ते ना ये बहुत वधिया लिक्विड तैयार हो जाता है। तो इनू ये बहुत पसंद है। ये मैं 25 दिन बाद ना ये मैं पा दिनी हुन्नी आ, बनाना बना देव, चाहे एक मैं नींबू का बना के रख्या होया है वह भी मैं ये पा दिनी हुन्नी आ। तो ये बहुत वधिया पसंद आ, साइड ते ना इनू पा देना वा सारे 20-25 दिन बाद। तो दूसरी खाद जिहड़ी है ना, मैं ये कॉफी मेरी बेकार जम गई सी, थोड़ी कॉफी हो गई सी खराब, इनू भी मैं ये यूज करती हुन्नी आ। वैसे तो चाहे सुके पैकेट वाला, एक पैकेट जो 2 रुपए का होंगे ना, वह भी मैं सीधा पा दिनी हुन्नी आ। तो इनू लिक्विड करके ना ये भी मैं पा दिनी हुन्नी ये, मतलब कि 1 चम्मच 1 गिलास विच पा के ना, तो इनू साइडा साइडा तो सारे पा दिनी आ। पर इन्हां दो हर कोई लिक्विड देन वास्ते 20-25 दिन का फर्क जरूर होना चाहिए आ। जे ये अपना जल्दी जल्दी, वैसे तो ऑरगैनिक है ने, इन्हों का कोई खतरा तो है नहीं, पर सानू अपने पौद्या नाल बहुत ज़्यादा प्यार है ना, इस करके मैं नहीं चाहती कि ये छेती खत्म हो जाए मेरी किसी गलती दे नाल, तां करके मैं इन्हां 20-25 दिन का फर्क मैं जरूर पा दिनी ये। एक इनू ना थोड़ा जा खुली जगह होनी चाहिए कि साइडा तो इनू ना साह मिलता रहे थोड़ा जा। अगर इन्होंने भिड़े भिड़े रखांगे ना ये फिर ज़्यादा इस फंगल अटैक हो जाते हैं, तो इन्हों ना थोड़ा जा हवादार होना चाहिए आ, ता जो इन्हों की ग्रोथ चंगी तरह चल सके। अगर तुसी बनाना फर्टिलाइजर बनवाना बनाना चाहते हो, सीखना चाहते हो, तो मैनू कमेंट करके दस देना, मैं तुहानू बनाना दस देवांगी किस तरह मैं बनाया है। इहदा रिजल्ट बहुत वधिया मैनू मिलिया है, तां करके मैं शेयर करन लगी। वैसे मैनू ज़्यादा जानकारी तो है नहीं, सिर्फ मैं अपना ना अनुभव शेयर करन लगी तुहाडे नाल कि मैं इस तरह की केयर करती हूँ इहदे नाल। अगर तुम इन गलों का ध्यान रखोगे ना तो ता रोज प्लांट कभी भी खराब नहीं होगा, इस तरह ही खिड़िया रहेगा हमेशा। अगर तुम ये जानकारी चंगी लगी है तो प्लीज़ कमेंट करके दसना किस तरह लगी। बस मैं तो अपना अनुभव शेयर किया है थोड़ा जा, मैं ज़्यादा कुछ तो जानती नहीं इस कर इस बारे, ज़्यादा मैनू बहुत ही ज़्यादा जानकारी तो है नहीं, पर मैं थोड़ा जा अपना अनुभव शेयर करना सी तुहाडे नाल। मैं कहा चलो जो मैनू पता तुहानू भी दस दिनी आ। अगर तुहानू ये जानकारी चंगी लगी है तो प्लीज़ एक लाइक कर देना, ये थोड़ा जा मोटिवेशन हो जाता कि मेरी वीडियो किसी नू पसंद आई आ। अगर तुहानू कुछ ये बारे जानकारी हैगी पता तो वह तुसी मेरे नाल शेयर करना जरूर। वाहेगुरू जी का खालसा, वाहेगुरू जी की फतेह।